ਇੰਝ ਲੱਗਦਾ ਹੈ ਉਹ ਸਾਡੇ ਨਾਲ ਮੁਖਾਤਿਬ ਹੋ ਕੇ ਇਹ ਕਹਿ ਰਹੇ ਨੇ ਸਿਤਾਰੇ ਵੀ ਉਹੀ ਹੋਣੇ, ਸਿਤਾਰੇ ਵੀ ਉਹੀ ਹੋਣੇ ਤੇ ਉਹੀ ਕਹਿਕਸ਼ਾਂ ਹੋਣੀ, ਸਿਤਾਰੇ ਵੀ ਉਹੀ ਹੋਣੇ ਤੇ ਉਹੀ ਕਹਿਕਸ਼ਾਂ ਹੋਣੀ, ਇਹ ਰਸਤੇ ਵੀ ਉਹੀ ਹੋਣੇ, ਇਹ ਰਸਤੇ ਵੀ ਉਹੀ ਹੋਣੇ, ਉਹੀ ਉਮਰੇ ਰਵਾਂ ਹੋਣੀ, ਇਹ ਦੁਨੀਆ ਮੈਨੂੰ ਪਾਲੇਗੀ, ਇਹ ਦੁਨੀਆ ਮੈਨੂੰ ਪਾਲੇਗੀ, ਕਿਤੇ ਵੀ ਮੈਂ ਨਹੀਂ ਹੋਣਾ, ਇਹ ਦੁਨੀਆ ਮੈਨੂੰ ਪਾਲੇਗੀ, ਕਿਤੇ ਵੀ ਮੈਂ ਨਹੀਂ ਹੋਣਾ, ਹਰ ਇੱਕ ਮਹਿਫਿਲ ਦੇ ਵਿੱਚ, ਹਰ ਇੱਕ ਮਹਿਫਿਲ ਦੇ ਵਿੱਚ ਮੇਰੀ ਹਮੇਸ਼ਾ ਦਾਸਤਾਂ ਹੋਣੀ, ਹਰ ਇੱਕ ਮਹਿਫਿਲ ਦੇ ਵਿੱਚ ਮੇਰੀ ਹਮੇਸ਼ਾ ਦਾਸਤਾਂ ਹੋਣੀ। ਗਜ਼ਲ ਪੇਸ਼ ਹੈ ਜੀ। ਲੋਚੀ ਜੀ, ਇਲਮ ਦੀਆਂ ਜਾਗੀਰਾਂ ਦਾ ਧੰਨਵਾਦ ਕਰਾਂ, ਇਲਮ ਦੀਆਂ ਜਾਗੀਰਾਂ ਦਾ ਧੰਨਵਾਦ ਕਰਾਂ, ਮੋਹ ਭਿੱਜੀਆਂ ਤਹਿਰੀਰਾਂ ਦਾ ਧੰਨਵਾਦ ਕਰਾਂ, ਇਲਮ ਦੀਆਂ ਜਾਗੀਰਾਂ ਦਾ ਧੰਨਵਾਦ ਕਰਾਂ, ਮੋਹ ਭਿੱਜੀਆਂ ਤਹਿਰੀਰਾਂ ਦਾ ਧੰਨਵਾਦ ਕਰਾਂ, ਅੱਜ ਤੱਕ ਵੀ ਜੋ ਸਿਮਰਤੀਆਂ ਵਿੱਚ ਵਸੀਆਂ ਨੇ, ਅੱਜ ਤੱਕ ਵੀ ਜੋ ਸਿਮਰਤੀਆਂ ਵਿੱਚ ਵਸੀਆਂ ਨੇ, ਗਮ ਦੀਆਂ ਤਸਵੀਰਾਂ ਦਾ ਧੰਨਵਾਦ ਕਰਾਂ, ਅੱਜ ਤੱਕ ਵੀ ਜੋ ਸਿਮਰਤੀਆਂ ਵਿੱਚ ਵਸੀਆਂ ਨੇ, ਗਮ ਦੀਆਂ ਤਸਵੀਰਾਂ ਦਾ ਧੰਨਵਾਦ ਕਰਾਂ। ਪਾਤਰ ਸਾਹਿਬ ਦੀ ਸ਼ਾਇਰੀ ਬਾਰੇ, ਉਹਨਾਂ ਦੀ ਮਹਾਨਤਾ ਬਾਰੇ ਮੇਰਾ ਜੋ ਤਸੱਵਰ ਹੈ ਉਹ ਤੁਹਾਡੇ ਸਭ ਦਾ ਵੀ ਹੋਵੇਗਾ। ਅਤੇ ਹੁਣ ਸ਼ੇਰ ਪੇਸ਼ ਹੈ, ਪਾਤਰ ਵਰਗੇ ਸ਼ਾਇਰ ਮੁੜ ਮੁੜ ਹੋਣੇ ਨਹੀਂ, ਪਾਤਰ ਵਰਗੇ ਸ਼ਾਇਰ ਮੁੜ ਮੁੜ ਹੋਣੇ ਨਹੀਂ, ਉਹਨਾਂ ਦੀਆਂ ਤਹਿਰੀਰਾਂ ਦਾ ਧੰਨਵਾਦ ਕਰਾਂ, ਉਹਨਾਂ ਦੀਆਂ ਤਹਿਰੀਰਾਂ ਦਾ ਧੰਨਵਾਦ ਕਰਾਂ, ਜੋ ਯਾਦ ਉਹਨਾਂ ਨੂੰ ਕਰਕੇ ਅੱਖਾਂ ਭਿੱਜੀਆਂ ਨੇ, ਯਾਦ ਉਹਨਾਂ ਨੂੰ ਕਰਕੇ ਅੱਖਾਂ ਭਿੱਜੀਆਂ ਨੇ, ਨੈਣੋਂ ਵਹਿੰਦੇ ਨੀਰਾਂ ਦਾ ਧੰਨਵਾਦ ਕਰਾਂ, ਨੈਣੋਂ ਵਹਿੰਦੇ ਨੀਰਾਂ ਦਾ ਧੰਨਵਾਦ ਕਰਾਂ, ਉਹ ਗਜ਼ਲ ਨੂੰ ਲੈ ਆਏ ਨੇ ਸਿਖਰਾਂ 'ਤੇ, ਉਹ ਗਜ਼ਲ ਨੂੰ ਲੈ ਆਏ ਨੇ ਸਿਖਰਾਂ 'ਤੇ, ਉਹਨਾਂ ਦੀਆਂ ਤਦਬੀਰਾਂ ਦਾ ਧੰਨਵਾਦ ਕਰਾਂ, ਉਹਨਾਂ ਦੀਆਂ ਤਦਬੀਰਾਂ ਦਾ ਧੰਨਵਾਦ ਕਰਾਂ। ਅਸੀਂ ਕਿੰਨੇ ਸੁਭਾਗਿਆਂ ਕਿ ਅਸੀਂ ਉਹਨਾਂ ਦੇ ਦੌਰ ਵਿੱਚ ਪੈਦਾ ਹੋਏ। ਅਤੇ ਹੁਣ ਸ਼ੇਰ ਤੁਹਾਡੀ ਨਜ਼ਰ ਕਰ ਰਹੀ ਹਾਂ, ਅਸੀਂ ਉਹਨਾਂ ਦੇ ਨਾਲ ਵੀ ਗਜ਼ਲਾਂ ਪੜ੍ਹੀਆਂ ਨੇ, ਅਸੀਂ ਉਹਨਾਂ ਦੇ ਨਾਲ ਵੀ ਗਜ਼ਲਾਂ ਪੜ੍ਹੀਆਂ ਨੇ, ਕਿੱਦਾਂ ਨਾ ਤਕਦੀਰਾਂ ਦਾ ਧੰਨਵਾਦ ਕਰਾਂ, ਕਿੱਦਾਂ ਨਾ ਤਕਦੀਰਾਂ ਦਾ ਧੰਨਵਾਦ ਕਰਾਂ। ਅਤੇ ਭਾਸ਼ਾ ਵਿਭਾਗ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੱਕ ਮਹਾਨ ਸ਼ਾਇਰ ਦੇ ਨਾਮ 'ਤੇ ਮਹਿਫਿਲ ਰੱਖੀ ਹੈ।
ਹਰਪ੍ਰੀਤ ਮੈਮ। ਆਖਿਰ ਵਿੱਚ ਮੈਂ ਭਾਸ਼ਾ ਵਿਭਾਗ ਨੂੰ ਇਹ ਸ਼ੇਰ ਸਮਰਪਿਤ ਕਰਦੀ ਹਾਂ, ਤੁਸੀਂ ਉਹਨਾਂ ਦੇ ਨਾਂ 'ਤੇ ਮਹਿਫਲ ਰੱਖੀ ਹੈ, ਤੁਸੀਂ ਉਹਨਾਂ ਦੇ ਨਾਂ 'ਤੇ ਮਹਿਫਲ ਰੱਖੀ ਹੈ, ਦਿਲੋਂ ਮੈਂ ਭੈਣਾਂ ਵੀਰਾਂ ਦਾ ਧੰਨਵਾਦ ਕਰਾਂ, ਦਿਲੋਂ ਮੈਂ ਭੈਣਾਂ ਵੀਰਾਂ ਦਾ ਧੰਨਵਾਦ ਕਰਾਂ। ਬਹੁਤ ਬਹੁਤ ਸ਼ੁਕਰੀਆ।